ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ, ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਗੁਰੂ ਕਾ ਬਾਗ, ਜੋ ਕਿ ਬਿਹਾਰ ਪਟਨਾ ਵਿੱਚ ਸਥਿਤ ਹੈ। ਇਹ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਲਗਭਗ 3 ਕਿਲੋਮੀਟਰ ਦੂਰੀ ਤੇ ਸਥਿਤ ਹੈ। ਹੁਣ ਗੱਲ ਕਰਦੇ ਹਾਂ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ। ਇਹ ਗੁਰਦੁਆਰਾ, ਇਹ ਸਥਾਨ ਦੋ ਨਵਾਬ ਰਹੀਮ ਬਖਸ਼ ਅਤੇ ਕਰੀਮ ਬਖਸ਼ ਦੇ ਭਰਾਵਾਂ ਦਾ ਇੱਕ ਸੁੱਕਿਆ ਹੋਇਆ ਬਗੀਚਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਸਾਮ ਤੋਂ ਵਾਪਸੀ ਸਮੇਂ ਇਸ ਬਾਗ ਵਿੱਚ ਆਪਣਾ ਡੇਰਾ ਲਾਇਆ। ਗੁਰੂ ਜੀ ਦੇ ਚਰਨ ਪੈਂਦੇ ਹੀ ਸੁੱਕਿਆ ਬਾਗ ਹਰਿਆ ਭਰਿਆ ਹੋ ਗਿਆ। ਨਵਾਬ ਨੇ ਇਹ ਬਾਗ ਗੁਰੂ ਜੀ ਨੂੰ ਸਮਰਪਿਤ ਕਰ ਦਿੱਤਾ ਅਤੇ ਬਾਗ ਦੇ ਘੇਰੇ ਦੀ ਚਾਰ ਦੀਵਾਰੀ ਆਪਣੇ ਵੱਲੋਂ ਕਰਵਾਉਣ ਦਾ ਸੰਕਲਪ ਲਿਆ। ਜਿਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਬੈਠੇ ਸਨ, ਉੱਥੇ ਥੜਾ ਸਾਹਿਬ ਮੌਜੂਦ ਹੈ ਤੇ ਇੱਕ ਨਿੰਮ ਦਾ ਦਰਖਤ ਮੌਜੂਦ ਹੈ, ਜਿਸ ਦੀ ਦਰਸ਼ਨ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਗੱਡੀ ਸੀ, ਅੱਜ ਉਹ ਇੱਕ ਹਰਿਆ ਭਰਿਆ ਰੁੱਖ ਦੇ ਰੂਪ ਵਿੱਚ ਮੌਜੂਦ ਹੈ। ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ। ਦਰਬਾਰ ਸਾਹਿਬ ਬਹੁਤ ਹੀ ਸੁੰਦਰ ਤੇ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ। ਸਾਧ ਸੰਗਤ ਜੀ, ਇਹ ਉਹੀ ਸਥਾਨ ਹੈ ਜਿੱਥੇ ਵਿਸਾਖ ਸੁਦੀ 7ਵੀਂ ਵਾਲੇ ਦਿਨ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਆਪਣੇ ਸਤਿਗੁਰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਪਹਿਲੀ ਵਾਰ ਸਰੀਰਕ ਤੌਰ ਤੇ ਮਿਲੇ ਸਨ। ਇੱਥੇ ਵਿਸਾਖ ਸੁਦੀ 7ਵੀਂ ਦਾ ਵਿਸ਼ੇਸ਼ ਮਹੱਤਵ ਹੈ ਤੇ ਹਰ ਸਾਲ ਵਿਸ਼ੇਸ਼ ਸਮਾਗਮ ਤੇ ਗੁਰਪੁਰਬ ਮਨਾਏ ਜਾਂਦੇ ਹਨ। ਇਸ ਅਸਥਾਨ ਦਾ ਇਹ ਵੀ ਇੱਕ ਮਾਨਤਾ ਹੈ ਕਿ ਲੋਕੀ ਇਸ ਅਸਥਾਨ ਤੇ ਆ ਕੇ ਗੁਰੂ ਸਾਹਿਬ ਤੋਂ ਆਪਣੀਆਂ ਮੁਰਾਦਾਂ ਮੰਗਦੇ ਹਨ ਤੇ ਗੁਰੂ ਦੇ ਬਾਗ ਵਿੱਚ ਇੱਕ ਰੁੱਖ ਲਾ ਕੇ ਜਾਂਦੇ ਹਨ ਤੇ ਜਦੋਂ ਸਤਿਗੁਰੂ ਜੀ ਉਹਨਾਂ ਦੀ ਮੁਰਾਦਾਂ ਨੂੰ ਫਲ ਤਾਂ ਆ ਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ ਤੇ ਮੱਥਾ ਟੇਕਦੇ ਨੇ। ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਸਾਧ ਸੰਗਤ ਜੀ ਉਸ ਇਤਿਹਾਸਿਕ ਖੂਹ ਦਾ, ਜਿਸ ਦੇ ਜਲ ਨਾਲ ਗੁਰੂ ਜੀ ਨੇ ਨਵਾਬ ਰਹੀਮ ਦੀ ਪਤਨੀ ਦਾ ਕੋਹੜ ਦੂਰ ਕੀਤਾ ਸੀ। ਇਹ ਖੂਹ ਅਜੇ ਵੀ ਮੌਜੂਦ ਹੈ ਤੇ ਇਸ ਵਿੱਚ ਜਲ ਅਜੇ ਵੀ ਹੈ। ਸੰਗਤ ਇਸ ਜਲ ਨਾਲ ਜਲ ਨੂੰ ਪੀ ਕੇ ਆਪਣਾ ਜਨਮ ਸਫਲ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨ